ਦੇਖੋ ਛੋਟੀ ਛੋਟੀ ਗੱਲ ਤੋਂ ਛੋਟੀਆਂ ਛੋਟੀਆਂ ਝਰੀਟਾਂ ਤੋਂ ਜ਼ਖਮ ਬਣਦੇ ਰਹੇ ਆ, ਜਦੋਂ ਨਸੂਰ ਬਣਦੇ ਆ ਫਿਰ ਇਕੱਤਰਤਾਵਾਂ ਦੇ ਅਜਲਾਸ ਬੁਲਾਉਣ ਲੱਗ ਜਾਂਦੇ ਆ ਆਪਾਂ। ਜਦੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਉਦੋਂ ਆਪਾਂ ਕਿਉਂ ਪਛੜ ਜਾਂਦੇ ਆ। ਆਪ ਮੁੱਖ ਮੰਤਰੀ ਕਹਾਵਤ ਹੁੰਦੀ ਸੀ, ਮੈਂ ਹੁਣ ਨਾਂ ਨਹੀਂ ਲੈਣਾ, ਵੀ ਇਹਨਾਂ ਨੂੰ ਟਿੱਚਰ ਨਹੀਂ ਕਰਨੀ ਚਾਹੀਦੀ। ਉਹ ਮਸ਼ਕਰਾ ਤੁਹਾਨੂੰ ਲੋਕਾਂ ਦੇ ਵਿੱਚ ਹਰਾ ਰਿਹਾ, ਤੁਸੀਂ ਟਾਰਗੇਟ ਤੋਂ ਪਾਸੇ ਹੋਈ ਜਾ ਰਹੇ ਹੋ। ਪਰ ਜੇ ਉਹਨਾਂ ਦੀਆਂ ਗੱਲਾਂ ਦਾ ਜਦੋਂ ਸਾਨੂੰ ਕਰਦੇ ਆ ਜਵਾਬ ਕੋਈ ਨਹੀਂ। ਉਹ ਕਹਿੰਦੇ ਤੁਹਾਡੇ ਜਥੇਦਾਰ ਨੇ ਹੁਕਮ ਕੀਤਾ ਸੀ ਚੈਨਲ ਸਟਾਪ ਕਰਨ ਦਾ, ਤੋ ਉਹ ਤਾਂ ਹੋਇਆ ਨਹੀਂ। ਦੱਸੋ ਇਹੋ ਜਿਹੇ ਸਵਾਲਾਂ ਦਾ ਕੀ ਕਰੀਏ? ਗੈਰ ਸਿੱਖਾਂ ਦੀਆਂ ਵੋਟਾਂ ਵੀ ਬਣਾਉਣ ਦਾ ਤਰਮੀਮ ਕਰ ਦੇਣਗੇ। ਕੱਲ ਨੂੰ ਕੋਈ ਟੱਲੀ ਰਾਮ ਛੱਲੀ ਰਾਮ ਹਰਜਿੰਦਰ ਸਿੰਘ ਧਾਮੀ ਦੀ ਜਗ੍ਹਾ ਤੇ ਪ੍ਰਧਾਨ ਵੀ ਬਣ ਕੇ ਬਹਿ ਜੂ, ਤੇ ਜੇ ਪ੍ਰਧਾਨ ਬਣ ਗਿਆ ਅੰਤਰ ਕਮੇਟੀ ਦਾ ਤਖਤਾਂ ਦੇ ਜਥੇਦਾਰ ਲਾਉਂਦੀ ਆ। ਅਸੀਂ ਵਿਧੀ ਵਿਧਾਨ ਰੱਖ ਹੀ ਨਹੀਂ ਸਕੇ ਕੋਈ, ਨਾ ਅਸੀਂ ਜਾਣ ਕੇ ਬਣਾਇਆ, ਤੇ ਫਿਰ ਉਹ ਟੱਲੀ ਰਾਮ ਛੱਲੀ ਰਾਮ ਹੁਣ ਤਾਂ ਨੌ ਸਿੰਘ ਹੀ ਕੱਢਦੇ ਹੋ ਨਾ, ਉਹ ਜਿਹੜਾ ਆ ਗਿਆ ਉਹ ਤਖਤਾਂ ਦੇ ਜਥੇਦਾਰ ਲਾ ਲੈਣਗੇ, ਫਿਰ ਦੱਸੋ ਕੀ ਕਰੋਗੇ? ਤੁਹਾਨੂੰ ਦੂਜਾ ਪ੍ਰਭਾਵ, ਉਹ ਕਹਿੰਦੇ ਜੀ ਪੀ ਟੀ ਸੀ ਚੈਨਲ ਬਾਦਲਾਂ ਦਾ, ਅਸੀਂ ਤਾਂ ਬਾਦਲਾਂ ਦਾ ਚੈਨਲ ਬੰਦ ਕਰਾਉਂਦੇ ਹਾਂ, ਇੱਕੋ ਹੀ ਹੈ ਨਾ, ਤੇ ਬਦਕਿਸਮਤੀ ਕਹਿ ਲਓ, ਪਤਾ ਨਹੀਂ ਚੰਗਾ ਜਾਤੀ ਰਹਿ ਸਾਡੀ ਕਿਸ਼ੋਰ ਆ, ਲੋਕ ਪੀ ਟੀ ਸੀ ਦਾ ਨਾਂ ਸੁਣਨ ਨੂੰ ਤਿਆਰ ਨੇ, ਉਹ ਗਿਣਤੀ ਆਪਦੀ ਵਧਾਈ ਜਾ ਰਿਹਾ। ਇਹਦਾ ਅਗਲਾ ਕੀ ਕਦਮ ਆ ਕਿ ਪੀ ਟੀ ਸੀ ਚੈਨਲ ਬੰਦ ਹੋਊ, ਸ਼੍ਰੋਮਣੀ ਕਮੇਟੀ ਆਪਦਾ ਚੈਨਲ ਬਣਾਊ, ਇਹ ਵੀ ਮੈਂਬਰਾਂ ਨੂੰ ਦੱਸਿਓ, ਨਾਲ ਹੀ ਸਾਤੋਂ ਉਹਦੀ ਰਾਏ ਪੁੱਛ ਲਓ। ਪੀ ਟੀ ਸੀ ਚੈਨਲ ਦੇ ਲੋਕ ਖਿਲਾਫ ਆ, ਮੈਂ ਵੀ ਖਿਲਾਫ ਹਾਂ, ਜੇ ਕੁਛ ਸਹੀ ਆ ਤੁਸੀਂ ਕਮ ਸੇ ਕਮ ਮੈਂਬਰਾਂ ਨੂੰ ਐਗਰੀਮੈਂਟ ਤਾਂ ਦੇ ਦਿਓ, ਜਿਹੜਾ ਐਗਰੀਮੈਂਟ ਕੀਤਾ ਹੋਇਆ ਉਹ ਦੇ ਕੇ ਕੀ ਪਤਾ ਅਸੀਂ ਤੁਹਾਡੇ ਨਾਲ ਸਹਿਮਤੀ ਹੋਈ ਹੈ, ਹਜੇ ਤੱਕ ਕਿਸੇ ਮੈਂਬਰ ਨੂੰ ਐਗਰੀਮੈਂਟ ਨਹੀਂ ਦਿੱਤਾ ਜਾ ਰਿਹਾ। ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਿਰਾਜਮਾਨ ਤਖਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਜੀ, ਸਾਰੇ ਮੈਂਬਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਅੱਜ ਆਪਾਂ ਕਿਸ ਮਕਸਦ ਲਈ ਇਕੱਠੇ ਹੋਏ ਹਾਂ। ਐਜ ਏ ਮੈਂਬਰ, ਐਜ ਏ ਸਿੱਖਾਂ ਦੇ ਨੁਮਾਇੰਦੇ ਇੱਥੇ ਜੇ ਆਏ ਹਾਂ, ਆਪਾਂ ਆਪਦੇ ਬਲਬਲੇ ਲੈ ਕੇ ਵੀ ਆਏ ਹਾਂ। ਪ੍ਰਧਾਨ ਸਾਹਿਬ, ਜਿੰਨੇ ਵੀ ਮੈਂਬਰ ਆ, ਜਿੰਨਿਆਂ ਬਾਰੇ ਪੜ੍ਹਿਆ ਅਤੇ ਸੁਣਿਆ, ਸਾਰੇ ਹੀ ਉਸ ਬਿੱਲ ਦਾ ਵਿਰੋਧ ਕਰਦੇ ਆ ਜਿਹੜਾ 2023 1925 ਐਕਟ ਦੀ ਸੋਧ ਦੇ ਰੂਪ ਦੇ ਵਿੱਚ ਸਰਕਾਰ ਨੇ ਲਿਆਂਦਾ। ਪਰ ਜਿਹੜਾ ਤੁਸੀਂ ਏਜੰਡਾ ਕੱਢਦੇ ਹੋ, ਦੇਖੋ ਛੋਟੀ ਛੋਟੀ ਗੱਲ ਤੋਂ ਛੋਟੀਆਂ ਛੋਟੀਆਂ ਝਰੀਟਾਂ ਤੋਂ ਜ਼ਖਮ ਬਣਦੇ ਰਹੇ ਆ, ਜਦੋਂ ਨਸੂਰ ਬਣਦੇ ਆ ਫਿਰ ਇਕੱਤਰਤਾਵਾਂ ਦੇ ਅਜਲਾਸ ਬੁਲਾਉਣ ਲੱਗ ਜਾਂਦੇ ਆ ਆਪਾਂ। ਜਦੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਉਦੋਂ ਆਪਾਂ ਕਿਉਂ ਪਛੜ ਜਾਂਦੇ ਆ? ਇਹ ਸਿੱਧੀ ਦਖਲਅੰਦਾਜ਼ੀ ਹੈ, ਕੋਈ ਸ਼ੱਕ ਨਹੀਂ। ਸਰਕਾਰ ਚਾਹੇ ਕੇਂਦਰ ਦੀ ਹੋਵੇ, ਚਾਹੇ ਰਾਜ ਦੀ ਹੋਵੇ, ਕਿਸੇ ਵੀ ਧਰਮ ਦੇ ਵਿੱਚ ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਐਕਟ ਹੋਂਦ 'ਚ ਆਇਆ, ਉਸ ਸਮੇਂ ਦੀਆਂ ਪਰਿਸਥਿਤੀਆਂ
100 ਸਾਲ ਬੀਤਿਆ ਤੇ ਸੋਧ ਦੀਆਂ ਲੋੜਾਂ ਵੀ ਬਣ ਗਈਆਂ, ਕਈ ਚੀਜ਼ਾਂ ਗੈਰ ਵਾਜਬ ਵੀ ਹੋ ਜਾਂਦੀਆਂ। ਉਹਦੇ ਲਈ ਵਿਧੀ ਵਿਧਾਨ ਜਿਹੜਾ ਬਣਿਆ ਸੀ, ਜਿਹਦਾ ਤੁਸੀਂ ਜ਼ਿਕਰ ਕੀਤਾ ਮਾਸਟਰ ਤਾਰਾ ਸਿੰਘ ਜੀ ਤੇ ਨਹਿਰੂ ਦੇ ਸੰਦਰਭ ਦੇ ਵਿੱਚ, ਉਹਦੀ ਜੇ ਆਪਾਂ ਸੋਧ ਕਰਨੀ ਆ, ਇਸ ਹਾਊਸ ਤੋਂ 2/3 ਮੈਂਬਰਾਂ ਨੇ ਪਾਸ ਕਰਨਾ ਹੁੰਦਾ ਤੇ ਉਹ ਪਾਸ ਕੀਤਾ ਜਾ ਸਕਦਾ, ਤੁਸੀਂ ਕਰਦੇ ਵੀ ਰਹੇ ਹੋ। ਮੇਰੀ ਗੱਲ ਸੁਣਿਓ, ਵਾਦ ਵਿਵਾਦ ਨਾਲ ਪ੍ਰਸ਼ਨ ਦਾ ਅੰਤ ਹੋ ਜਾਂਦਾ। ਜਿਹੜੀ ਸਰਕਾਰ ਹੈ ਜਿਹਨੂੰ ਤੁਸੀਂ ਵਿਰੋਧੀ ਧਿਰ ਮੰਨਦੇ ਹੋ ਆਪਣੀ ਸਿੱਖਾਂ ਦੀ, ਅੱਜ ਉਹ ਵਾਦ ਵਿਵਾਦ ਪੈਦਾ ਕਰ ਰਹੇ ਆ। ਉਹਨਾਂ ਦਾ ਇਕੱਲਾ ਇਕੱਲਾ MLA, ਆਪ ਮੁੱਖ ਮੰਤਰੀ, ਕਹਾਵਤ ਹੁੰਦੀ ਸੀ, ਮੈਂ ਹੁਣ ਨਾਂ ਨਹੀਂ ਲੈਣਾ, ਵੀ ਇਹਨਾਂ ਨੂੰ ਟਿੱਚਰ ਨਹੀਂ ਕਰਨੀ ਚਾਹੀਦੀ, ਉਹ ਮਸ਼ਕਰਾ ਤੁਹਾਨੂੰ ਲੋਕਾਂ ਦੇ ਵਿੱਚ ਹਰਾ ਰਿਹਾ, ਤੁਸੀਂ ਟਾਰਗੇਟ ਤੋਂ ਪਾਸੇ ਹੋਈ ਜਾ ਰਹੇ ਹੋ, ਐਸੀਆਂ ਗੱਲਾਂ ਕਰੀ ਜਾ ਰਹੇ ਹੋ। ਉਹ ਦੂਜੇ ਦਿਨ ਇਹੋ ਜਿਹਾ ਜਵਾਬ ਦਿੰਦਾ ਕਿ ਉਹ ਸਰਕਾਰ ਨੂੰ ਕਿਸ ਚੀਜ਼ ਦੀ ਲੋੜ ਹੈ, ਪੋਲੀਟੀਕਲ ਬੰਦੇ ਨੂੰ ਕਿਸ ਚੀਜ਼ ਦੀ ਲੋੜ ਆ, ਉਹਨੇ ਆਪਦੇ ਲੋਕਾਂ ਦੀ ਜਿਹੜੇ ਉਹਦੇ ਨਾਲ ਆ ਉਹਨਾਂ ਦੀ ਗਿਣਤੀ ਨੂੰ ਵਧਾਉਣਾ, ਸਿਰਾਂ ਦੀ ਗਿਣਤੀ ਨੂੰ ਉਹਨੇ ਵੱਡਾ ਕਰਨਾ, ਉਹਨੂੰ ਕਿਸੇ ਹੋਰ ਚੀਜ਼ ਨਾਲ ਮਤਲਬ ਨਹੀਂ। ਤੇ ਬਦਕਿਸਮਤੀ ਜਿਹੜੀ ਗੱਲ ਉਹ ਲੋਕਾਂ 'ਚ ਲਿਆਉਂਦਾ ਹਾਸੇ ਦੇ ਰੂਪ ਦੇ ਵਿੱਚ ਜਾਂ ਅੰਦਰੂਨੀ ਕਿਸੇ ਸਮਝੌਤੇ ਦੇ ਰੂਪ ਦੇ ਵਿੱਚ, ਲੋਕ ਲਾਲਾ ਲਾ ਕੇ ਵਾਹਵਾ ਕਰਦੇ ਆ। ਤੇ ਅਸੀਂ ਵੱਡੇ ਵੱਡੇ ਲੈਕਚਰ, ਅਸੀਂ 200 ਬੰਦਾ, ਅਸੀਂ 80,000 ਦੇ ਇਕੱਠ 'ਚ ਜਿਵੇਂ ਲੈਕਚਰ ਕਰਨਾ ਹੁੰਦਾ, ਅਸੀਂ ਉਹ ਗੱਲਾਂ ਕਰ ਲੈਂਦੇ ਹਾਂ, ਸਾਡੀ ਗੱਲ ਜਾਂਦੀ ਨਹੀਂ, ਛੋਟੀਆਂ ਛੋਟੀਆਂ ਗੱਲਾਂ। ਦੇਖੋ, ਇਸ ਗੱਲ ਦਾ ਜਵਾਬ ਹੈ, ਅਸੀਂ ਤਾਂ ਸਧਾਰਨ ਜੇ ਬੰਦੇ ਹਾਂ, ਰੋਜ਼ ਵਾਹ ਵਾਸਤਾ ਪੈਂਦਾ ਇਹਨਾਂ ਸਰਕਾਰਾਂ ਦੇ, ਅਸੀਂ ਤਸ਼ੱਦਦ ਵੀ ਝੱਲੇ ਆ, ਸਾਨੂੰ ਸਸਪੈਂਡ ਵੀ ਕੀਤਾ, ਰੋਜ਼ ਲੜਾਈਆਂ ਹੁੰਦੀਆਂ ਥਾਣਿਆਂ 'ਚ, ਅਸੀਂ ਇਹ ਸਰਕਾਰ ਦੇ ਖਿਲਾਫ਼ ਲੜਾਈ ਲੜਦੇ ਹਾਂ। ਪਰ ਜੇ ਉਹਨਾਂ ਦੀਆਂ ਗੱਲਾਂ ਦਾ ਜਦੋਂ ਸਾਨੂੰ ਕਰਦੇ ਆ, ਜਵਾਬ ਕੋਈ ਨਹੀਂ। ਉਹ ਕਹਿੰਦੇ ਤੁਹਾਡੇ ਜਥੇਦਾਰ ਨੇ ਹੁਕਮ ਕੀਤਾ ਸੀ ਚੈਨਲ ਸਥਾਪ ਕਰਨ ਦਾ, ਤੋ ਉਹ ਤਾਂ ਹੋਇਆ ਨਹੀਂ। ਦੱਸੋ, ਇਹੋ ਜਿਹੇ ਸਵਾਲਾਂ ਦਾ ਕੀ ਕਰੀਏ, ਆਪਣੀਆਂ ਕਮੀਆਂ ਤਾਂ ਨਾ, ਜੇ ਸਾਰਾ ਕੁਛ ਹੀ ਤੋੜਾ ਉਹਨਾਂ ਦੇ ਝਾੜ ਕੇ ਆਪਾਂ ਸੁਰਖਰੂ ਹੋ ਜਾਈਏ, ਆਪਾਂ ਕਿੰਨੇ ਇਜਲਾਸ ਬੁਲਾਉਂਦੇ ਹਾਂ। ਜਦੋਂ ਕੁਝ ਕੰਮ ਕਰਨਾ ਹੁੰਦਾ ਉਦੋਂ ਪਹਿਲਾਂ ਕਿੰਨੇ ਕੁ ਮੈਂਬਰਾਂ ਦੀ ਸਲਾਹ ਲੈਂਦੇ ਹੋ, ਪਤਾ ਨਹੀਂ ਸੱਚ ਬੋਲਦੇ ਆ, ਪਤਾ ਨਹੀਂ ਝੂਠ ਬੋਲਦੇ ਆ। ਅਸੀਂ 3 ਮੈਂਬਰ ਦਿੱਤੇ ਆ ਇਸ ਅੰਤਰ ਕਮੇਟੀ 'ਚ, ਜਿੱਦਣ ਆਹ ਜੈਦਰ ਸਾਹਿਬ ਨੂੰ ਸੇਵਾ ਮੁਕਤ ਕਰਨਾ ਸੀਗਾ, ਅਸੀਂ ਇਹਨਾਂ ਨੂੰ ਕਿਹਾ ਸਾਨੂੰ ਤਾਂ ਦੱਸ ਦਿਆ ਕਰੋ, ਇਹ ਕਹਿੰਦੇ ਸਾਨੂੰ ਵੀ ਨਹੀਂ ਸੀ ਪਤਾ। ਇਹੋ ਜਿਹੇ ਤਾਂ ਹਾਲਾਤ ਆ। ਅੱਜ ਦਾ ਏਜੰਡਾ ਤੁਸੀਂ ਲਿਖ ਕੇ ਨਹੀਂ ਕੱਢ ਸਕੇ ਕਿਸ ਮਸਲੇ 'ਤੇ, ਏਜੰਡਾ ਇਹ ਮਸਲਾ ਫੁਟਕਲ ਮਤੇ ਪ੍ਰਧਾਨ ਸਾਹਿਬ ਦੀ ਆਗਿਆ ਨਾਲ ਲਿਆਂਦੇ ਜਾਣੇ 'ਚ ਕੀ ਗੱਲ ਆ? ਆਪਾਂ ਕੀ ਪ੍ਰਪੇਅਰ ਨਹੀਂ ਕਰਨਾ ਚਾਹੁੰਦੇ ਕਿ ਕੋਈ ਤਿਆਰੀ ਕਰਕੇ ਨਾ ਆਵੇ? ਤੁਸੀਂ ਫੋਕਸ ਕਰੋ ਉਸ ਚੀਜ਼ 'ਤੇ, ਕਿਵੇਂ ਨਾਰੇ ਦੇ ਕੇ, ਭਾਸ਼ਣ ਦੇ ਕੇ, ਜਿੰਨਾ ਮਰਜ਼ੀ ਅਖਬਾਰਾਂ 'ਚ ਫੋਟੋ ਲਾ ਕੇ ਨਹੀਂ ਹੋਣਾ, ਲੋਕਾਂ ਨੂੰ ਸਮਝਾਓ ਵੀ ਜੇ ਐਕਟ ਬਣ ਗਿਆ। ਅਸੀਂ ਨਹੀਂ ਕਹਿੰਦੇ ਉਹਨਾਂ ਦੀ ਕੀ ਮਨਸ਼ਾ, ਅਸੀਂ ਅੱਜ ਨਹੀਂ ਕਹਿੰਦੇ ਵੀ ਉਹ ਉਹਨਾਂ ਦੀ ਮਾੜੀ ਭਾਵਨਾ ਭਗਵੰਤ ਮਾਨ ਦੀ, ਜੇ ਕੱਲ੍ਹ ਨੂੰ ਭਾਈ ਭਾਵਨਾ ਉਹ 'ਚ ਮਾੜੀ ਘਰ ਕਰ ਗਈ ਤੇ ਇਹ ਤਾਂ ਵੋਟਾਂ ਦੇ ਰੂਪ ਦੇ ਵਿੱਚ ਸੋਧ ਕਰ ਦੇਣਗੇ, ਗੈਰ ਸਿੱਖਾਂ ਦੀਆਂ ਵੋਟਾਂ ਵੀ ਬਣਾਉਣ ਦਾ ਤਰਮੀਮ ਕਰ ਦੇਣਗੇ। ਕੱਲ ਨੂੰ ਕੋਈ ਟੱਲੀ ਰਾਮ ਛੱਲੀ ਰਾਮ ਹਰਜਿੰਦਰ ਸਿੰਘ ਧਾਮੀ ਦੀ ਜਗ੍ਹਾ ਤੇ ਪ੍ਰਧਾਨ ਵੀ ਬਣ ਕੇ ਬਹਿਜੂ, ਤੇ ਜੇ ਪ੍ਰਧਾਨ ਬਣ ਗਿਆ ਅੰਤਰ ਕਮੇਟੀ ਦਾ ਤਖਤਾਂ ਦੇ ਜਥੇਦਾਰ ਲਾਉਂਦੀ ਆ। ਅਸੀਂ ਵਿਧੀ ਵਿਧਾਨ ਰੱਖ ਹੀ ਨਹੀਂ ਸਕੇ ਕੋਈ, ਨਾ ਅਸੀਂ ਜਾਣ ਕੇ ਬਣਾਇਆ, ਤੇ ਫਿਰ ਉਹ ਟੱਲੀ ਰਾਮ ਛੱਲੀ ਰਾਮ, ਹੁਣ ਤਾਂ 9 ਸਿੰਘ ਹੀ ਕੱਢਦੇ ਹੋ ਨਾ, ਉਹ ਜਿਹੜਾ ਆ ਗਿਆ ਉਹ ਤਖਤਾਂ ਦੇ ਜਥੇਦਾਰ ਲਾ ਲੈਣਗੇ, ਫਿਰ ਦੱਸੋ ਕੀ ਕਰੋਗੇ।
ਇਹ ਟੈਕਨੀਕਲੀ ਗੱਲਾਂ ਲੋਕਾਂ 'ਚ ਆਪਾਂ ਦੱਸੀਏ ਵੀ ਇਹਦਾ ਭਾਈ ਆਹ ਨੁਕਸਾਨ ਆ, ਉਹ ਤੁਹਾਨੂੰ ਦੂਜਾ ਪ੍ਰਭਾਵ ਉਹ ਕਹਿੰਦੇ ਜੀ ਪੀ ਟੀ ਸੀ ਚੈਨਲ ਬਾਦਲਾਂ ਦਾ, ਅਸੀਂ ਤਾਂ ਬਾਦਲਾਂ ਦਾ ਚੈਨਲ ਬੰਦ ਕਰਾਉਂਦੇ ਹਾਂ, ਇੱਕੋ ਹੀ ਹੈ ਨਾ। ਅਤੇ ਬਦਕਿਸਮਤੀ ਕਹਿ ਲਓ, ਪਤਾ ਨਹੀਂ ਚੰਗਾ ਜਾਤੀ ਦਾ ਸਾਡੀ ਕੁਛ ਹੋਰ ਆ, ਲੋਕ ਪੀ ਟੀ ਸੀ ਦਾ ਨਾਂ ਸੁਣਨ ਨੂੰ ਤਿਆਰ ਨਹੀਂ, ਉਹ ਗਿਣਤੀ ਆਪਦੀ ਵਧਾਈ ਜਾ ਰਿਹਾ। ਅਤੇ ਉਹਨੂੰ ਗਿਣਤੀ ਚਾਹੀਦੀ ਆ, ਤੁਹਾਡੇ ਸਿੱਖਾਂ ਤੋਂ ਲੈਣਾ ਕੀ ਆ ਉਹਨੇ, ਉਹ ਕਹਿੰਦਾ ਮੇਰੇ ਮਗਰ ਲੋਕ ਵਾਲੇ ਹੋ ਜਾਣ। ਇਸ ਕਰਕੇ ਜੇ ਮੀਟਿੰਗਾਂ ਇੱਕ ਦਿਨ ਦੀ ਜਾਂ ਦੋ ਦਿਨ ਦੀ, ਬੋਲ ਕੇ ਨਹੀਂ ਕੁਛ ਕੀਤਾ ਜਾ ਸਕਦਾ, ਇਹਨੂੰ ਨਿਰੰਤਰ, ਮੈਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਕਿਹਾ, ਨਿਰੰਤਰ ਐਸਾ ਸਿਸਟਮ ਜਾਈਏ, ਕੋਈ ਇੱਕ ਕਮੇਟੀ ਬਣੇ ਜਿਹੜੀ ਸਮੇਂ ਤੋਂ ਸਮੇਂ ਹਰ ਮਸਲੇ ਦੇ ਸੁਝਾਅ ਦੇਵੇ, ਉੱਤੇ ਵਿਚਾਰ ਹੋਵੇ, ਵਿਚਾਰ ਕਰਨ ਤੋਂ ਬਾਅਦ ਆਪਾਂ ਆਪਦੇ ਆਪ ਨੂੰ ਠੀਕ। ਮਨੁੱਖ ਕਦੇ ਪੂਰਾ ਨਹੀਂ ਹੁੰਦਾ, ਨਾ ਹਰਜਿੰਦਰ ਸਿੰਘ ਧਾਮੀ ਪੂਰਾ, ਨਾ ਮੈਂ ਪੂਰਾ, ਨਾ ਪਹਿਲਾਂ ਵਾਲੇ ਪ੍ਰਧਾਨ ਪੂਰੇ ਆ, ਕਮੀਆਂ ਤਾਂ ਹੁੰਦੀਆਂ ਹੀ ਆ, ਪਰ ਜਦੋਂ ਆਪਾਂ ਆਪਦੀ ਕਮੀ ਲਗਾ ਲੈਂਦੇ ਹਾਂ ਪ੍ਰੋਬਲਮ ਤਾਂ ਆਉਂਦੀ ਆ। ਆਪਾਂ ਉਹਦੇ ਮੈਂਬਰਾਂ 'ਚ ਤਾਂ ਉਹ ਗੱਲ ਦੇਖੋ ਜੀ, ਆਹ ਹਾਲਾਤ ਸੀ, ਅੱਜ ਅਸੀਂ ਆਹ ਵਾਂ, ਹੁਣ ਮਤਾ ਲੈਣ ਦਾ ਸਾਨੂੰ ਤਾਂ ਇਹ ਨਹੀਂ, ਅਸੀਂ ਤਾਂ ਵਿਰੋਧ ਤਾਂ ਕਰਨੀ ਕਰਨੀ ਆ, ਨਾ ਲਿਆਉਂਦੇ ਅਸੀਂ ਤਾਂ ਵੀ ਕਰ ਰਹੇ ਹਾਂ। ਕੀ ਇਹਦਾ ਅਗਲਾ ਕੀ ਕਦਮ ਆ ਕਿ ਪੀ ਟੀ ਸੀ ਚੈਨਲ ਬੰਦ ਹੋਊ, ਸ਼੍ਰੋਮਣੀ ਕਮੇਟੀ ਆਪਦਾ ਚੈਨਲ ਬਣਾਊ, ਇਹ ਵੀ ਮੈਂਬਰਾਂ ਨੂੰ ਦੱਸਿਓ, ਨਾਲ ਹੀ ਸਾਤੋਂ ਉਹਦੀ ਰਾਇ ਪੁੱਛ ਲਓ। ਇਸ ਕਰਕੇ ਦੁਬਿਧਾ 'ਚ ਨਾ ਪਾਓ, ਦੁਬਿਧਾ ਨਹੀਂ ਨੁਕਸਾਨ ਕੀਤਾ, ਮੰਨੇ ਚਾਹੇ ਕੋਈ ਨਾ ਮੰਨੇ, ਨਾ ਮੰਨਿਓ, ਕਿਉਂਕਿ ਬੀਤੇ ਸਮੇਂ 'ਚ ਅੱਜ ਦਾ ਮਾਹੌਲ ਸਿਖਾਵਾਂ, ਜਦੋਂ ਕੋਈ ਬੋਲਦਾ ਨਾ ਇੱਥੇ ਤੱਤੀ ਗੱਲ ਕਹਿ ਲਓ ਜਾਂ ਕਿਸੇ ਦੇ ਖਿਲਾਫ, ਹੌਲੀ ਹੌਲੀ ਕਰਕੇ ਮਗਰ ਪੈ ਜਾਂਦੇ ਆ। ਆ ਪਿਛਲੀ ਵਾਰੀ ਆਹ ਇਲੈਕਸ਼ਨ ਸੀ, ਦੋ ਤਿੰਨ ਵਿਚਾਰੇ ਸਤਿਕਾਰਯੋਗ ਆ, ਮੈਂ ਤਾਂ ਬੱਚਾ ਉਹਨਾਂ ਦਾ, ਉਹ ਕਹਿੰਦੇ ਬੀਜੇਪੀ ਦਾ ਦਲਾਲ ਆ ਗਿਆ, ਸਮੇਂ ਸਮੇਂ 'ਤੇ ਆ। ਜੇ ਅੱਜ ਅਸੀਂ ਮਾੜੀ ਮੋਟੀ ਕੁਛ ਕਰਤੀ, ਕਹਿਣਗੇ ਭਗਵੰਤ ਮਾਨ ਦਾ ਦਲਾਲ ਆ ਗਿਆ। ਉਹ ਇਹ ਸਰਟੀਫਿਕੇਟ ਜਦੋਂ ਦਿੰਦੇ ਹੋ, ਪ੍ਰੋਬਲਮ ਤਾਂ ਆਉਂਦੀ ਆ, ਜੇ ਕੋਈ ਗੱਲ ਕਰਦਾ ਉਹਦੀ ਗੱਲ ਸੁਣੋ ਤਾਂ ਸਹੀ, ਉਹਨੂੰ ਕਹੋ ਉੱਠ ਕੇ ਵੀ ਤੇਰਾ ਤਰਕ ਗੈਰ ਵਾਜਵਾ, ਬਾਅਦ ਵਿਵਾਦ ਨਾ ਪਾਓ। ਇਸ ਲਈ ਆਪਾਂ ਆਪਦੇ 'ਤੇ ਦੇਖੀਏ, ਦੇਖੋ ਸਰਕਾਰਾਂ ਦੀ ਦਖਲਦਾਰੀ ਨਹੀਂ ਹੋਣੀ ਚਾਹੀਦੀ, ਨਾਲ ਇਹ ਵੀ ਕਹੀਏ ਜਿਹੜੀਆਂ ਪਿਛਲੀਆਂ ਸਰਕਾਰਾਂ ਦਖਲਦਾਜੀ ਗਲਤ ਕਰਦੀਆਂ ਰਹੀਆਂ, ਹੁਣ ਤੋਂ ਨਹੀਂ ਅਸੀਂ ਹੋਣ ਦੇਵਾਂਗੇ। ਕੱਲ੍ਹ ਨੂੰ ਫਿਰ ਸਰਕਾਰ ਕੋਈ ਆ ਜਾਵੇ ਆਪਣੇ ਸੂਤ ਵਾਲੀ, ਫਿਰ ਕੀ, ਫਿਰ ਅਸੀਂ ਆਪਦਾ ਨਜ਼ਰੀਆ ਬਦਲ ਲੈਂਦੇ ਹਾਂ। ਇਸ ਕਰਕੇ ਮੈਂ ਕਹਿੰਦਾ ਪ੍ਰਧਾਨ ਜੀ, ਮੇਰੀ ਜਾਤੀ ਰਿਹਾ ਐਜ਼ ਏ ਵੀ, ਜੇ ਕਈ ਵਾਰੀ ਗਲਤ ਸਹੀ ਨੂੰ ਨਹੀਂ ਦੇਖਿਆ ਜਾਂਦਾ, ਜਦੋਂ ਐਸੇ ਮੁੱਦੇ ਉਭਰ ਜਾਣ ਜਿਹਨੇ ਕੌਮ ਦੀ ਹੋਣੀ ਨੂੰ ਬਦਲਣਾ ਹੋਵੇ, ਲੋਕਾਂ 'ਚ ਸਿੱਖਾਂ 'ਚ ਭਰੋਸੇਯੋਗਤਾ ਪੈਦਾ ਕਰਨੀ ਹੋਵੇ, ਸ਼੍ਰੋਮਣੀ ਕਮੇਟੀ ਦਾ ਭਰੋਸਾ ਬਰਕਰਾਰ ਕਰਨਾ ਹੋਵੇ, ਕਈ ਵਾਰੀ ਛੋਟੇ ਮੋਟੇ ਫੈਸਲੇ ਠੋਸ ਵੀ ਲੈਣੇ ਪੈ ਜਾਂਦੇ ਆ। ਕਰਿਓ ਜੋ ਬਹੁਤ ਸੰਮਤੀ ਤੁਸੀਂ ਆਪਦੀ, ਪੀ ਟੀ ਸੀ ਚੈਨਲ ਦੇ ਲੋਕ ਖਿਲਾਫ ਆ, ਮੈਂ ਵੀ ਖਿਲਾਫ ਹਾਂ। ਜੇ ਕੁਛ ਸਹੀ ਆ, ਤੁਸੀਂ ਕਮ ਸੇ ਕਮ ਮੈਂਬਰਾਂ ਨੂੰ ਐਗਰੀਮੈਂਟ ਤਾਂ ਦੇ ਦਿਓ, ਜਿਹੜਾ ਐਗਰੀਮੈਂਟ ਕੀਤਾ ਹੋਇਆ ਉਹ ਦੇ ਕੇ ਕੀ ਪਤਾ ਅਸੀਂ ਤੁਹਾਡੇ ਨਾਲ ਸਹਿਮਤੀ ਹੋਈਏ, ਹਜੇ ਤੱਕ ਕਿਸੇ ਮੈਂਬਰ ਨੂੰ ਐਗਰੀਮੈਂਟ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਸ ਮੈਂ ਅੰਤ ਵਿੱਚ ਇਹੀ ਆ, ਹਮੇਸ਼ਾ ਹੀ ਆਪਦੀ ਤੁਸ਼ਬੁੱਧੀ ਦੇ ਅਨੁਸਾਰ ਜੋ ਗੁਰੂ ਨੇ ਮਤ ਬਖਸ਼ੀ ਆ, ਇਸ ਸਰਕਾਰ ਨੇ ਜਿਹੜਾ ਮਤਾ ਪਾਸ ਕੀਤਾ ਉਹਦੇ ਵਰਖਿਲਾਫ ਆ, ਤੁਸੀਂ ਉਹਦੇ ਲਈ ਕੋਈ ਕੀ ਲੜਾਈ ਲੜਨੀ ਆ, ਟੈਕਨੀਕਲੀ ਤੌਰ 'ਤੇ ਕੀ ਹੈ ਉਹ ਲੜਨੀ ਚਾਹੀਦੀ ਆ। ਸ਼ਾਇਦ ਜਿੰਨਾ ਕੁ ਮੈਨੂੰ ਗਿਆਨ ਆ, 6 ਮੰਥ ਉਹ ਰਾਜ ਗਵਰਨਰ ਜੀ ਰੱਖ ਲੈਣਗੇ, ਵਿਡਰਾਅ ਕਰਦੇ ਆ, ਪਰ ਜੇ ਕਿਉਂਕਿ ਭਗਵੰਤ ਮਾਨ ਲੋਕਾਂ ਨਾਲ ਜੁੜਿਆ,
ਉਹਨੂੰ ਬਹੁਤ ਸਿੱਖਾਂ ਨੇ ਵੋਟਾਂ ਪਾਈਆਂ, ਇਹ ਗੱਲ ਯਾਦ ਰੱਖਿਓ। ਜਦੋਂ ਉਹਨੂੰ ਪਤਾ ਲੱਗ ਗਿਆ ਵੀ ਸਿੱਖ ਉੱਠ ਖੜੇ, ਯਾਰ ਪੋਲੀਟੀਕਲ ਬੰਦੇ ਦਾ ਦੀਨ ਬਾਜੂ ਕੀ ਹੁੰਦਾ, ਐਂ ਫਿਰ ਜਾਂਦੇ ਆ। ਇਸ ਕਰਕੇ ਆਪਣੇ ਤੇ ਜਿਹੜੀਆਂ ਉਂਗਲਾਂ ਉੱਠਦੀਆਂ ਰਹੀਆਂ, ਆਪਾਂ ਵੀ ਉਹ ਗੱਲਾਂ ਦਾ ਧਿਆਨ ਰੱਖੀ। ਆਪਾਂ ਵੀ ਕਹਿ ਕਹਿ ਕੇ ਸਰਕਾਰਾਂ ਮਾਫੀਆਂ ਦਵਾਉਂਦੇ ਰਹੇ ਹਾਂ ਜਾਂ ਉਹ ਕਰਦੇ ਹਾਂ, ਸਾਡੇ ਤੇ ਵੀ ਲੋਕਾਂ ਨੇ ਜੁੱਤੀਆਂ ਮਾਰੀਆਂ, ਤਾਂ ਪਿੜਤ ਆਪਾਂ ਪਾਤੀ। ਇਸ ਕਰਕੇ ਆਪਾਂ ਕਹੀਏ ਇਹ ਗਲਤ ਆ, ਗਾਹਾਂ ਤੋਂ ਅਸੀਂ ਪਿੜਤ ਕਿਸੇ ਦੀ ਚੱਲਣ ਨਹੀਂ ਦੇਣੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।